वापसी हुई है पार्टी के विच ते मुख्यमंत्री वालों उन्होंने जिया आख्या गया। ਬਰਾੜ ਦੇ ਨਾਲ ਤ੍ਰਿਣਮੂਲ ਕਾਂਗਰਸ ਦੇ ਵਿੱਚ ਵੀ ਗਏ ਸੀ ਪਰ ਬਹੁਤ ਲੰਬਾ ਸਮਾਂ ਨਾ ਤਾਂ ਜਗਮੀਤ ਬਰਾੜ ਉੱਥੇ ਟਿਕੇ ਉਸ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਤੋਂ ਬਾਅਦ ਹੁਣ ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਨੇ ਪਰ ਫਿਲਹਾਲ ਉਹਨਾਂ ਦੇ ਪੁਰਾਣੇ ਸਾਥੀ ਵਿਜੇ ਕੁਮਾਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ।